ਮੋਗਾ ਦਾ ਬਲੂਮਿੰਗ ਬਰਡ ਸਕੂਲ ਸੋਲਰ ਸਿਸਟਮ ਰਾਹੀਂ ਬਿਜਲੀ ਪੈਦਾ ਕਰਨ ਵਾਲਾ ਪੰਜਾਬ ਦਾ ਪਹਿਲਾ ਸਕੂਲ ਬਣ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਸੰਜੀਵ ਸਿਆਣੀ ਨੇ ਦੱਸਿਆ ਕਿ ਸਰਕਾਰ ਦੇ ਸਹਿਯੋਗ ਅਤੇ ਪੱਡਾ ਤੇ PSPL ਦੇ ਨਾਲ ਸਮਝੌਤਾ ਕਰਕੇ ਨੈੱਟ ਮੋਨੀਟਰਿੰਗ ਸਕੀਮ ਦੇ ਤਹਿਤ ਸਕੂਲ ਦੀ ਛੱਤ ਤੇ 58 ਕਿਲੋਵਾਟ ਦਾ ਸੋਲਰ ਸਿਸਟਮ ਦਾ ਪ੍ਰੋਜੈਕਟ ਲਗਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਦੇ ਲਗਭਗ 35 ਲੱਖ ਦਾ ਖਰਚਾ ਆਇਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਸਕੂਲ ਦਾ ਬਿਜਲੀ ਦਾ ਬਿੱਲ ਵੀ ਨਾ ਮਾਤਰ ਰਹਿ ਜਾਵੇਗਾ। ਬਲੂਮਬਰਡ ਸਕੂਲ ਆਪਣੇ ਕਿਸਮ ਦਾ ਇੰਨੇ ਹੈਵੀ ਲੋਡ ਦਾ 58 ਕਿਲੋਵਾਟ ਦਾ ਸੀ ਇਹ ਪਲਾਨ ਲਾਇਆ। ਆਪਣੇ ਕਿਸਮ ਦਾ ਸਟੇਟ ਦਾ ਇਹ ਪਹਿਲਾ ਸਕੂਲ ਹੈ ਜਿਹਨੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਹੈ ਤੇ ਜਿਹੜਾ ਇਹ ਸਿਸਟਮ ਹੈ ਇਹ ਗੌਰਮੈਂਟ ਔਰ ਜਿਹੜੀ ਪੇਡਾ ਹੈ ਪੰਜਾਬ ਇਲੈਕਟਰਿਕ ਡਿਵੈਲਪਮੈਂਟ ਅਥਾਰਟੀ ਹੈ ਉਹਨਾਂ ਦਾ ਇਹਦੇ ਵਿੱਚ ਬੜਾ ਵੱਡਾ ਹੱਥ ਹੈ ਕਿਉਂਕਿ ਉਹ ਪ੍ਰਮੋਟ ਕਰਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਨੂੰ ਕਿਉਂਕਿ ਪੰਜਾਬ ਰਾਜ ਜਿਹੜਾ ਹੈ ਬਿਜਲੀ ਦੀ ਡੈਫੀਸਿਟ ਵਿੱਚ ਚੱਲਦਾ ਹੈ, ਇੱਥੇ ਥੋੜ੍ਹਾ ਹੈ ਸਕੇਸਟੀ ਹੈ ਬਿਜਲੀ ਦੀ ਅਤੇ ਉਹਨਾਂ ਨੇ ਬੜੇ ਹੀ ਘੱਟ ਸਮੇਂ ਵਿੱਚ ਲਗਭਗ 3 ਮਹੀਨੇ ਦੇ ਪ੍ਰੋਸੈਸ ਦੇ ਵਿੱਚ ਇਹਨੂੰ ਪਾਸ ਕਰਕੇ ਅਸੀਂ ਇਹਨੂੰ ਇੰਸਟਾਲ ਕੀਤਾ। ਇਹ ਜਿਹੜਾ ਪ੍ਰੋਜੈਕਟ ਹੈ ਇਹਦੀ ਕੁੱਲ ਲਾਗਤ ਲਗਭਗ 35 ਲੱਖ ਰੁਪਏ ਦੇ ਆਸ ਪਾਸ ਹੈ, ਜਿਹਦੇ ਵਿੱਚ ਸਰਕਾਰ ਨੇ ਸਾਨੂੰ ਸਬਸਿਡਾਈਜ਼ ਵੀ ਕਰਨਾ ਹੈ, ਸਬਸਿਡੀ ਦੇਣੀ ਹੈ ਔਰ ਉਹ ਜਦੋਂ ਆਏਗੀ ਤਾਂ ਉਦੋਂ ਆਏਗੀ। ਹਜੇ ਤਾਂ ਅਸੀਂ ਆਪਣੇ ਕੋਲੋਂ ਹੀ ਸਾਰਾ ਜਿਹੜਾ ਹੈਗਾ ਸਰਮਾਇਆ ਮੁਹੱਈਆ ਕਰਾ ਕੇ ਇਹਨੂੰ ਲਾਇਆ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ ਸਕੂਲ ਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਸਕੂਲ ਨੂੰ ਬਿਜਲੀ ਦੇ ਬਿੱਲ ਤੋਂ ਰਾਹਤ ਵੀ ਮਿਲੇਗੀ। ਸਾਡੇ ਸਕੂਲ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ ਕਿ ਸੂਰਜ ਦੀ ਊਰਜਾ ਨੂੰ ਵਰਤਦਿਆਂ ਹੋਇਆਂ ਬਿਜਲੀ ਪੈਦਾ ਕਰ ਰਹੇ ਹਨ। ਇਹਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੈ। ਜ਼ਿਆਦਾਤਰ ਸਾਨੂੰ ਗਰਮੀਆਂ ਦੇ ਵਿੱਚ ਇਹਦਾ ਬਹੁਤ ਫਾਇਦਾ ਹੈ ਕਿਉਂਕਿ ਸਾਡੇ ਸਕੂਲ ਦੇ ਵਿੱਚ ਏ ਸੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਜਿਹਦੇ ਨਾਲ ਬਿਜਲੀ ਵੀ ਜ਼ਿਆਦਾ ਖਰਚ ਹੋ ਰਹੀ ਹੈ। ਇਸ ਦੇ ਨਾਲ ਵੀ ਜਿਹੜੇ ਆਹ ਸੋਲਰ ਪੈਨਲ ਲੱਗੇ ਹੋਏ ਨੇ ਇਹਨਾਂ ਨਾਲ ਬਿਜਲੀ ਪੈਦਾ ਹੋਏਗੀ ਜੋ ਏ ਸੀ ਨੂੰ ਚਲਾਉਣ ਦੇ ਵਿੱਚ ਮਦਦ ਕਰ ਰਹੇਗੀ। ਇਹਦੇ ਨਾਲ ਇਸ ਸਕੂਲ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਅਜਿਹਾ ਰਸਤਾ ਅਖਤਿਆਰ ਕੀਤਾ ਹੈ ਜਿਸ ਦੀ ਹਰ ਪਾਸੇ ਹੀ ਚਰਚਾ ਹੋ ਰਹੀ ਹੈ। ਮੋਗਾ ਤੋਂ ਵਿਪਨ ਓਕਾਰਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਜਾਣਕਾਰੀਆਂ ਹਾਸਲ ਕਰਨ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਹੀ ਹਰ ਪਲ ਦੀ ਖਬਰ ਦੀ ਜਾਣਕਾਰੀ ਲੈਣ ਲਈ ਫੇਸਬੁੱਕ ਪੇਜ ਨੂੰ ਵੀ ਲਾਈਕ ਕਰ ਸਕਦੇ ਹੋ।